tang 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 ishq bulle nu nachave ਇਸ਼ਕ ਬੁੱਲੇ ਨੂੰ ਨੱਚਾਵੇ ਯਾਰ ਤੇ ਨੱਚਣਾ ਪੈਂਦਾ ਜੇ ਇਸ਼ਕ ਬੁੱਲੇ ਨੂੰ ਨੱਚਾਵੇ ਬਾਬੇ ਬੁੱਲੇ ਨੂੰ ਨੱਚਾਵੇ ਸਾਈਂ ਬੁੱਲੇ ਨੂੰ ਨੱਚਾਵੇ ਯਾਰ ਤੇ ਨੱਚਣਾ ਪੈਂਦਾ ਜੇ ਸਾਹਮਣੇ ਹੋਵੇ ਯਾਰ ਤੇ ਨੱਚਣਾ ਨੱਚਣਾ ਪੈਂਦਾ ਨੀ ਨੱਚਣਾ ਪੈਂਦਾ ਯਾਰ ਦੀ ਖਾਤਰ ਨੱਚਣਾ ਪੈਂਦਾ ਖਸਮਾ ਖਾਤਰ ਜੱਚਣਾ ਪੈਂਦਾ ਸਾਹਮਣੇ ਹੋਵੇ ਯਾਰ ਨੀ ਮੇਰੇ ਸਿਰ ਤੇ ਖੜ ਜੇ ਯਾਰ ਪਰ ਜਦ ਅੰਦਰੇ ਹੀ ਵੜ ਜੇ ਯਾਰ ਤੇ ਨੱਚਣਾ ਪੈਂਦਾ ਏ ਅੰਦਰ ਹੀ ਵੜ ਜੇ ਯਾਰ ਨੀ ਮੰਨ ਜੇ ਜਦ ਮੇਰੀ ਸਰਕਾਰ ਤੇ ਨੱਚਣਾ ਪੈਂਦਾ ਜੇ ਸਾਹਮਣੇ ਹੋਵੇ ਯਾਰ ਤੇ ਨੱਚਣਾ ਬੁੱਲਾ ਯਾਰ ਦੇ ਵੇੜੇ ਨੱਚਿਆ ਆਓ ਇਸ਼ਕ ਬੁੱਲੇ ਦੇ ਵੇੜੇ ਬੜਿਆ ਅੰਦਰ ਭਾਂਬੜ ਮੱਚਿਆ ਇਸ਼ਕ ਦੇ ਘੁੰਗਰੂ ਪਾ ਕੇ ਬੁੱਲਾ ਯਾਰ ਦੇ ਵੇੜੇ ਨੱਚਿਆ ਨੱਚਿਆ
नचना केड़ा कहन बच्च मैनू भी कह देंदे कि जदों लोई लैके नचना है इउं लगता है जिवें लगी पई है। मख्या मैं लोई लैण तो पहला 2 लाख रुपया आपके खाते च पाउणा है फिर आना है। गल साफ सुन दी आ बाबे पुछे ओके आ थोड़ी घटा के रखो बाबे कावां रौली पई आ ना कि थां थां ते भाई गल वसो बार हो गई। ਜਦੋਂ ਬੰਦੇ ਚੈੱਕ ਕੀਤੇ ਵਿੱਚੋਂ ਬਹੁਤੇ ਮੇਰੇ ਅਰਗੇ ਨਿਕਲ ਗਏ ਜਿਹੜੇ ਪਹਿਲਾਂ 2-2 ਲੱਖ ਲੈ ਕੇ ਲਵਜੀਤ ਭਾਈ ਕੀ ਬਾਤ ਹੈ ਯਾਰ ਮੈਂ ਗੱਲ ਵਿੱਚ ਰੱਖੂੰਗਾ ਇਹ ਭਾਈ ਲਵਜੀਤ ਅਸੀਂ ਪੋਨਾ ਕਿਉਂਕਿ ਬਹੁਤ ਛੋਟੇ ਹੁੰਦਿਆਂ ਤੋਂ ਵੀਰ ਹੋਰਾਂ ਦੇ ਗਾਣੇ ਸੁਣਦੇ ਹੁੰਦੇ ਸੀ ਉਦੋਂ ਪੜ੍ਹਦੇ ਸੀ ਕੱਚੇ ਕੋਠੇ ਮਿੱਤਰਾਂ ਦੇ ਤੈਨੂੰ ਲਿਪਣੇ ਪੈਣੇ ਮੁਟਿਆਰੇ ਇਹ ਉਹ ਗਵੱਈਆ ਭਾਈ ਲਵਜੀਤ ਸਾਡੇ ਬਠਿੰਡੇ ਦਾ ਭਾਈ ਮੱਘਰ ਅਲੀ ਖਾਨ ਸਾਹਿਬ ਇਸੇ ਪਰਿਵਾਰ ਚੋਂ ਸੁਰਿੰਦਰ ਖਾਨ ਸਾਹਿਬ ਇਸੇ ਪਰਿਵਾਰ ਚੋਂ ਤਾਂ ਕਿਆ ਕਹਾਂ ਇਹਨਾਂ ਦੇ ਘਰਾਣੇ ਬਾਰੇ ਬੜੀ ਵੱਡੀ ਦੇਣ ਆ ਜਿਵੇਂ ਇੱਧਰਲੇ ਤੁਸੀਂ ਮਾਣ ਕਰਦੇ ਹੋ ਨਾ ਕਿ ਭਾਈ ਸਾਡੇ ਏਰੀਏ ਦੇ ਜਿਹੜੇ ਅੱਛੇ ਗਵੱਈਏ ਉਹਨਾਂ 'ਚ ਹੰਸ ਰਾਜ ਸਾਹਿਬ ਇਹਨਾਂ ਦਾ ਨਾਂ ਆਉਂਦਾ ਹੈ ਸਰਦੂਲ ਸਿਕੰਦਰ ਸਾਹਿਬ ਮਾਸਟਰ ਸਲੀਮ ਸਾਹਿਬ ਸਾਬਰ ਕੋਟੀ ਸਾਹਿਬ ਉਹਨਾਂ ਦੇ ਨਾਂ ਆਉਂਦੇ ਆ ਜਦੋਂ ਗੱਲ ਮਾਲਵੇ ਦੀ ਆਉਂਦੀ ਆ ਤਾਂ ਫਿਰ ਅਸੀਂ ਜਦੋਂ ਤੱਕ ਭਾਈ ਗਾਉਣ ਵਾਲੇ ਰਹਿਣਗੇ ਇਹਨਾਂ ਘਰਾਣਿਆਂ ਦੇ ਨਾਂ ਬੋਲਦੇ ਰਹਾਂਗੇ ਕਿ ਅਸੀਂ ਭਾਈ ਉਸ ਬਠਿੰਡੇ ਦੇ ਹਾਂ ਅਸੀਂ ਉਸ ਰੰਪਰੇ ਦੇ ਹਾਂ ਜਿੱਥੋਂ ਦੇ ਸਾਡੇ ਪੋਨੇ ਵੀਰ ਹੋਣੀ ਹੈ ਤਾਂ ਇਹ ਵੀ ਬਸ ਕਮਾਈ ਹੈ ਅੱਖ ਦੇਖਣ ਵਾਲੀ ਚਾਹੀਦੀ ਹੈ ਕਿ ਮਾਲ ਕਿੱਥੇ ਕਿੱਥੇ ਪਿਆ ਹੈ ਬੜਾ ਕੁਛ ਪਿਆ ਇੱਥੇ ਰੌਲਾ ਹੈ ਚੰਦਰੀਆਂ ਅੱਖਾਂ ਦੇਖਣ ਵੀ ਅਟ ਗਈਆਂ ਕਮਰ ਕਰਿਆਲ ਐਂ ਖੋਲੀ ਬੈਠਾ ਹੈ ਕੋਈ ਫਕੀਰ ਕਹਿੰਦਾ ਇੰਨੀਆਂ ਨਾ ਖੋਲ ਹਜੇ ਵੀ ਇੰਨਾ ਹੀ ਹੈ ਦੀਂਦਾ ਤੈਨੂੰ ਵਾਲੇ ਵੀ ਨਹੀਂ ਬੜੀ ਮਿਹਰਬਾਨੀ ਭਾਈ ਭੋਲਾ ਕਿੱਥੇ ਬੈਠਾ ਭੋਲਾ ਭਾਈ ਅੱਜ ਤਾਂ ਭਰਾਵੋ ਸਾਰੇ ਇਹ ਭੋਲਾ ਯਮਲਾ ਸਾਡਾ ਵੀਰ ਕੋਟਕਪੂਰੇ ਅਸੀਂ ਜਿਹੜੇ ਵੇਲੇ ਮੈਂ BA ਕੀਤੀ ਅਸੀਂ ਇਕੱਠੇ ਪੜ੍ਹੇ ਹਾਂ ਭਰਾਵੋ ਇਹ ਯਮਲਾ ਖਾਨਦਾਨ ਦਾ ਉਹ ਪ੍ਰਚੰਡ ਹੈ ਇੱਕ ਵਾਰੀ ਸਤਿਕਾਰ ਵਜੋਂ ਇਹਨਾਂ ਦੇ ਵੀ ਤਾੜੀਆਂ ਮਾਰੋ ਜ਼ਰੂਰ ਭਾਈ ਭੋਲਾ ਤਾਂ ਗੱਲ ਜਿੱਥੇ ਸੀ ਗੱਲ ਵਸੋਂ ਬਾਹਰ ਜਿਨ੍ਹਾਂ ਦੀ ਗੱਲ ਵਸੋਂ ਬਾਹਰ ਹੋ ਗਈ ਉਹਨਾਂ ਨੇ ਮੇਰੇ ਵਾਂਗੂ ਡਰਾਮੇ ਨਹੀਂ ਕੀਤੇ ਉਹਨਾਂ ਨੇ ਜ਼ਿਆਦਾ ਘੁੰਗਰੂ ਬੰਨ ਲਏ ਬਾਬੇ ਬੁੱਲੇ ਸ਼ਾਹ ਵਰਗੇ ਨੇ ਮਸਤਾਨਣਾ ਸੀ ਘੁੰਗਰੂ ਪਾ ਕੇ ਨੱਚਿਆ ਜੇ ਕੋਈ ਮੀਰਾ ਵਰਗੀ ਸੀ ਉਹ ਤੂੰਬੇ ਦੀਆਂ ਤਾਰਾਂ 'ਤੇ ਨੱਚੀ ਜੇ ਕੋਈ ਇੱਧਰਲੇ ਘਰ ਦਾ ਸੀ ਤਾਂ ਉਹ ਬਾਬੇ ਦੀਪ ਸਿੰਘ ਵਰਗਾ ਖੰਡੇ ਦੀਆਂ ਤਾਰਾਂ 'ਤੇ ਨੱਚਿਆ ਇਹ ਅਨਾਜ ਹੁਣ ਜਿਨ੍ਹਾਂ ਦੀ ਵਸੋਂ ਬਾਹਰ ਹੈ ਅਤੇ ਮਾਂ ਮੇਰੀ ਉਹਨਾਂ ਦੇ ਗੀਤ ਕੀ ਕਹਿੰਦੇ ਉਹਨਾਂ ਦੇ ਗੀਤ ਉਹਨਾਂ ਦੇ ਗੀਤ ਕਹਿੰਦੇ ਬਾਬਾ ਸੁਣਾ ਖਿਆ ਨੂੰ ਮਾੜਾ ਜਿਹਾ ਮੇਰੀ ਆਵਾਜ਼ ਘਟਾ ਭਰਾਵਾ ਬਹੁਤ ਜ਼ਿਆਦਾ ਹੈ ਉਹ ਕੀ ਕਹਿੰਦੇ ਮੇਰੀ ਮੰਗਣੀ ਹੋ ਗਈ ਨੀ ਆਏ ਨਾ ਬੈਠੋ ਬੀਬੀਆਂ ਆਓ ਖਾ ਤਾੜੀ ਨਾਲ ਮੇਰੀ ਮੰਗਣੀ ਹੋ ਗਈ ਨੀ ਸਖੀਓ ਸਤਿਗੁਰਾਂ ਦੇ ਵੇੜੇ ਮੇਰੀ ਮੰਗਣੀ ਹੋ ਗਈ ਨੀ ਸਖੀਓ ਸਤਿਗੁਰਾਂ ਦੇ ਵੇੜੇ ਆ ਮੇਰੀ ਜੰਝ ਵੀ ਆ ਗਈ ਨੀ ਤਾੜੀਆਂ ਹੀ ਰੱਖੋ ਬਾਬੇ ਤੁਹਾਡੀ ਬੀਟ ਵਧੀਆ ਲੱਗਦੀ ਹੈ ਆ ਮੇਰੀ ਜੰਝ ਵੀ ਆ ਗਈ ਨੀ ਸਖੀਓ ਸਾਧੂ ਸੰਤ ਬਥੇਰੇ ਆ ਮੇਰੀ ਜੰਝ ਵੀ ਆ ਗਈ ਨੀ ਸਖੀਓ ਸਾਧੂ ਸੰਤ ਬਥੇਰੇ ਗੁਰੂ ਪੰਡਿਤ ਬਣ ਗਏ ਨੇ ਪੰਡਿਤ ਬਣ ਗਏ ਨੇ ਗੁਰੂ ਪੰਡਿਤ ਬਣ ਗਏ ਨੇ ਸਖੀਓ ਤੇ ਨਾਮ ਨਾਲ ਫੇਰੇ ਮੇਰੀ ਮੰਗਣੀ ਹੋ ਗਈ ਨੀ ਸਖੀਓ ਸਤਿਗੁਰਾਂ ਦੇ ਹੋ ਗਈ ਨੀ ਸਖੀਓ ਪੰਡਤ ਬਣ ਗਏ ਨੇ ਪੰਡਤ ਬਣ ਗਏ ਨੇ ਗੁਰੂ ਪੰਡਿਤ ਬਣ ਗਏ ਨੇ ਸਖੀਓ ਦੇ ਨਾਮ ਨਾਲ ਫੇਰੇ ਮੇਰੀ ਮੰਗਣੀ ਹੋ ਗਈ ਨੀ ਸਖੀਓ ਸਤਿਗੁਰਾਂ ਦੇ ਹੋ ਗਈ ਨੀ ਸਖੀਓ
ਆਖਿਓ ਸਤਿਗੁਰਾਂ ਦੇ ਗੱਲ ਹੋ ਜੇ ਵਸੋਂ ਬਾਹਰ ਤੇ ਨੱਚਣਾ ਪੈਂਦਾ ਏ ਹੋ ਜੇ ਵਸੋਂ ਬਾਹਰ ਤੇ ਨੱਚਣਾ ਪੈਂਦਾ ਏ ਸਾਹਮਣੇ ਹੋਵੇ ਯਾਰ ਤੇ ਨੱਚਣਾ ਫਕੀਰਾਂ ਦੀ ਮੌਜ ਫਕੀਰਾਂ ਦੀ ਵਾ ਵਾ ਓਏ ਮੌਜ ਫਕੀਰਾਂ ਦੀ ਵਾ ਵਾ ਓਏ ਮੌਜ ਫਕੀਰਾਂ ਮੌਜ ਚੱਲਦਾ ਰਹਿੰਦਾ ਕਦੇ ਤਾਂ ਪਹਿਨਣ ਮਖਮਲ ਜ਼ਰੀਆਂ ਕਦੇ ਤਾਂ ਪਹਿਨਣ ਮਖਮਲ ਜ਼ਰੀਆਂ ਮਖਮਲ ਜ਼ਰੀਆਂ ਬਾਬਾ ਆਨੰਦ ਸਿੰਘ ਹੋਣੀ ਬਜ਼ੁਰਗ ਬੈਠੇ ਹੈ ਇਹਨਾਂ ਨੂੰ ਪੁੱਛੀਏ ਬਾਬਾ ਆਨੰਦ ਸਿੰਘ ਹੋਣੀ ਬਾਬਾ ਅਤਰ ਸਿੰਘ ਹੋਣੀ ਬਾਬਾ ਅਤਰ ਸਿੰਘ ਹੋਣੀ ਮਸਤ ਮੋਣਾ ਸਾਹਿਬ ਵਾਲੇ ਉਹਨਾਂ ਦੇ ਮੇਰੇ ਕੋਲ ਬਹੁਤ ਤੂੰ ਐਂ ਕਰ ਮੈਨੂੰ ਵੀਹ ਦੇ ਦੇ ਵੀਹ ਦੇ ਦੇ ਵੀਹ ਤੈਨੂੰ ਗੱਲ ਸੁਣਾਉਣਾ ਫਿਰ ਮੈਂ ਆਹ ਦਸਾਂ ਦਸਾਂ ਦੇ ਦੋ ਤੇ ਬਣ ਕੇ ਵੀਹ ਇਹ ਵੀ ਕਹਿੰਦੇ ਕਰਕੇ ਬੂਟੇ ਹਰੇ ਵੇ ਜਿਹੜੇ ਕਦੇ ਵੀ ਸੁੱਕਦੇ ਨਾ ਕਰਕੇ ਬੂਟੇ ਹਰੇ ਵੇ ਜਿਹੜੇ ਕਦੇ ਵੀ ਸੁੱਕਦੇ ਨਾ ਬੱਲੇ ਬਾਬਾ ਤੇਰੇ ਵੇ ਤੇਰੇ ਵੀ ਮੁੱਕਦੇ ਨਾ ਬੱਲੇ ਬਾਬਾ ਤੇਰੇ ਬਾਬੇ ਨਾਨਕ ਦੇ ਬੱਲੇ ਬਾਬਾ ਤੇਰੇ ਵੇ ਰਾਮ ਨਾਮ ਦੇ ਬੇੜੇ ਰਾਮ ਨਾਮ ਦੇ ਬੇੜੇ ਵੇ ਰਾਮ ਨਾਮ ਦੇ ਬੇੜੇ ਰਾਮ ਨਾਮ ਦੇ ਬੇੜੇ ਰਾਮ ਨਾਮ ਦੇ ਬੇੜੇ ਵੇ ਬਾਬਾ ਕਦੇ ਵੀ ਰੁਕਦੇ ਨਾ ਬੱਲੇ ਬਾਬਾ ਤੇਰੇ ਵੇ ਤੇਰੇ ਵੀ ਮੁੱਕਦੇ ਨਹੀਂ ਮੁੱਕਦੇ ਬੱਲੇ ਬਾਬਾ ਤੇਰੇ ਵੇ ਨਹੀਂ ਮੁੱਕਦੇ ਬੱਲੇ ਬਾਬਾ ਤੇਰੇ ਵੇ ਕਦੇ ਤਾਂ ਸਾਧੂ ਏ ਭੁੱਖੇ ਸੌਂਦੇ ਕਦੇ ਤਾਂ ਸਾਧੂ ਭੁੱਖੇ ਸੌਂਦੇ ਤੂੰ ਕਹਿੰਦਾ ਸਾਧੂ ਸੌਂਦੇ ਆ ਤੇ ਮੈਂ ਕਹਿੰਦਾ ਨਹੀਂ ਸੌਂਦੇ ਇਹ ਕਹਿੰਦਾ ਸਾਧੂ ਸੌਂਦੇ ਆ ਤੇ ਮੈਂ ਕਿਹਾ ਨਹੀਂ ਸੌਂਦੇ ਇੱਥੇ ਵੀ ਠੀਕ ਹੈ ਤੇ ਠੀਕ ਮੇਰੇ ਵਾਲਾ ਖਿਆਲ ਵੀ ਹੈ ਬੜੇ ਭੁਲੇਖੇ ਆ ਕਹਿੰਦੇ ਸਾਧ ਸੌਂਦੇ ਹੀ ਨਹੀਂ ਨੀਂਦ ਇੱਥੇ ਬਾਬਾ ਆਪਾਂ ਗੱਲ ਕਰ ਲਈਏ ਮਿੰਟ ਕੁ ਦੀ ਗੱਲ ਹੈ ਨੀਂਦ ਇੱਥੇ ਦੋ ਤਰ੍ਹਾਂ ਦੀ ਹੈ ਇੱਕ ਤਾਂ ਜਿਹੜੀ ਆ ਜਦੋਂ ਸਰੀਰ ਥੱਕਦਾ ਹੈ ਇੱਕ ਤਾਂ ਇਸ ਤਨ ਨੂੰ ਨੀਂਦ ਆਉਂਦੀ ਹੈ ਇੱਕ ਕਹਿੰਦੇ ਸੁਰਤ ਸੌਂਦੀ ਹੈ ਇੱਕ ਕਹਿੰਦੇ ਆ ਮਨੂਆ ਸੌਂਦਾ ਹੈ ਇਹ ਸੁਰਤ ਸੌਂਦੀ ਹੈ ਕਹਿੰਦੇ ਜਦੋਂ ਉਹ ਸੌਂਗੀ ਫਿਰ ਪੰਗੇ ਹੈ ਇੱਥੇ ਇਹ ਆ ਕਿ ਸਾਧੂਆਂ ਦਾ ਸਰੀਰ ਤਾਂ ਸੌਂਦਾ ਪਰ ਉਹਨਾਂ ਦੀ ਚੇਤਨਾ ਉਹਨਾਂ ਦੀ ਸੁਰਤ ਨੂੰ ਕਦੇ ਨੀਂਦ ਨਹੀਂ ਆਉਂਦੀ ਹਮੇਸ਼ਾ ਹੀ ਜਾਗਦੇ ਹੈ ਤਾਂਹੀਓ ਕਹਿੰਦੇ ਕਦੇ ਤਾਂ ਸਾਧੂ ਇਹ ਭੁੱਖੇ ਸੌਂਦੇ ਕਦੇ ਖੁਸ਼ਬੂ ਲੈਂਦੇ ਖੀਰਾਂ ਦੀ ਵਾਵਾ ਓਏ ਮੌਜ ਫਕੀਰਾਂ ਦੀ ਵਾਵਾ ਓਏ ਮੌਜ ਫਕੀਰਾਂ ਦੀ ਵਾਵਾ ਮੌਜ ਫਕੀਰਾਂ ਦੀ ਮੱਠਾ ਵਾਵਾ ਓਏ ਮੌਜ ਫਕੀਰਾਂ ਦੀ ਕਦੇ ਤਾਂ ਪਹਿਨਣ ਮਖਮਲ ਜ਼ਰੀਆਂ ਕਦੇ ਤਾਂ ਪਹਿਨਣ ਮਖਮਲ ਜ਼ਰੀਆਂ ਕਦੇ ਗੋਦੜੀ ਲੀਰਾਂ ਦੀ ਵਾਵਾ ਓਏ ਮੌਜ ਫਕੀਰਾਂ ਦੀ ਵਾਵਾ ਓਏ ਮੌਜ ਫਕੀਰਾਂ ਦੀ ਵਾਵਾ ਓਏ ਮੌਜ ਫਕੀਰਾਂ ਦੀ ਜਦ ਅੱਖੀਆਂ ਹੋ ਜਾਣ ਚਾਰ ਤੇ ਨੱਚਣਾ ਪੈਂਦਾ ਏ ਅੱਖੀਆਂ ਹੋ ਜਾਣ ਚਾਰ ਤੇ ਨੱਚਣਾ ਪੈਂਦਾ ਏ ਸਾਹਮਣੇ ਹੋਵੇ ਯਾਰ ਤੇ ਨੱਚਣਾ ਹੋ ਸਾਹਮਣੇ
ਇਸ ਗਾਉਣ ਵਾਲੇ ਜੇ ਗਾਉਣ ਦੇ ਪੂਰੇ ਪਰਿਵਾਰ ਦੀ ਗੱਲ ਕਰੀਏ ਤਾਂ ਉਹਦੇ 'ਚ ਸਾਡੇ ਪਿਓ ਦਾਦਿਆਂ ਵਾਲੀ ਪੀੜ੍ਹੀ ਔਰ ਇਹਨਾਂ ਦਾ ਸਤਿਕਾਰ ਹਮੇਸ਼ਾ ਹੀ ਸਤਿਕਾਰ ਮੈਂ ਕਹਿੰਦਾ ਇੱਕ ਵਾਰੀ ਆਪਾਂ ਸਾਰੀ ਸੰਗਤ ਇਹਨਾਂ ਦੇ ਜੀਆਂ ਲਈ ਇੱਕ ਵਾਰੀ ਤਾੜੀ ਜ਼ਰੂਰ ਮਾਰ ਦਈਏ ਜ਼ਰੂਰ ਯਾਰ ਤੇ ਨੱਚਣਾ ਜਦ ਮਨ ਜਾਵੇ ਸਰਕਾਰ ਤੇ ਨੱਚਣਾ ਪੈਂਦਾ ਏ ਜਦ ਜੁੜ ਜੇ ਤਾਰ ਨਾ ਤਾਰ ਤੇ ਨੱਚਣਾ ਪੈਂਦਾ ਏ ਸਾਹਮਣੇ ਹੋਵੇ ਯਾਰ ਤੇ ਨੱਚਣਾ ਸਵਾਦ ਤਾਂ ਹੈ ਜੇ ਤੁਹਾਡੀ ਆਵਾਜ਼ ਆਵੇ ਦੋ ਵਾਰੀ ਆਵਾਜ਼ ਇੱਧਰੋਂ ਆਊ ਦੋ ਵਾਰੀ ਫਿਰ ਇੱਧਰੋਂ ਸਾਰੀਆਂ ਮਾਵਾਂ ਸਾਡੀਆਂ ਧੀਆਂ ਸਤਿਕਾਰਯੋਗ ਸਾਡੇ ਬਜ਼ੁਰਗ ਔਰ ਭਰਾ ਮੇਰੇ ਸਾਰੇ ਔਰ ਬੱਚੇ ਛੋਟੇ ਤੁਹਾਡੀ ਸਾਰਿਆਂ ਦੀ ਆਵਾਜ਼ ਆਵੇ ਮੈਂ ਬਾਬਾ ਘਟਾਈ ਥੋੜ੍ਹੀ ਵਾਹਿਗੁਰੂ 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 ਬੋਲ ਵਾਹਿਗੁਰੂ 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 ਬੋਲ ਜੀ ਆਓ ਬਾਬਾ ਵਾਹਿਗੁਰੂ 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 ਬੋਲ ਵਾਹਿਗੁਰੂ 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 ਬੋਲ ਜਦੋਂ ਕੋਈ ਇੱਕ ਨਾਂ ਬੋਲਦਾ ਮੇਰੇ ਅਰਗੇ ਦੀਆਂ ਚਾਰ ਕਿਤਾਬਾਂ ਪੜ੍ਹੀਆਂ ਵੀ ਆ ਫਿਰ ਉਹ ਦੂਜਿਆਂ ਤੇ ਪੋਤੜੇ ਫਰੋਲਦਾ ਹੈ ਫਿਰ ਕਹਿੰਦਾ ਭਾਈ ਵਾਹਿਗੁਰੂ ਤੇ ਅੱਲਾ ਦਾ ਰੌਲਾ ਹੈ ਉਹ ਕਹਿੰਦਾ ਕੋਈ ਰੌਲਾ ਨਹੀਂ ਕੀ ਗੱਲ ਕਹਿੰਦਾ ਹਰਿਮੰਦਰ ਸਾਹਿਬ ਦੀ ਨਿਉਂ ਕਹਿੰਦੇ ਕਿਹਨੇ ਰਖਾਈ ਕਹਿੰਦੇ ਭਾਈ ਜਿਹੜਾ ਵਾਹਿਗੁਰੂ ਬੋਲਦਾ ਸੀ ਤੇ ਰੱਖੀ ਕਿਹਨੇ ਰੱਖੀ ਮੁਸਲਮਾਨ ਫਕੀਰ ਸਾਈ ਮੀਆਂ ਮੀਰ ਲਾਹੌਰ ਤੋਂ ਆਇਆ ਬਾਬਾ ਗੱਲਾਂ ਦੋਸਤਾਂ ਸਮਝਣ ਵਾਲੀਆਂ ਹੈ ਇਹ ਤਾਂ ਅੱਜ ਕੱਲ੍ਹ ਮੇਰੇ ਤੇਰੇ ਅਰਗਿਆਂ ਨੇ ਕਹਿਤਾ ਕਿ ਆ ਅੱਡਾ ਹੈ ਤੇ ਆ ਅੱਡਾ ਹੈ ਇਹਨੂੰ ਕਹਿੰਦੇ ਆ ਮੋਹਰ ਲੱਗ ਗਈ ਸੱਚੀ ਸਰਕਾਰ ਦੀ ਜੀ ਇਹ ਤਾਂ ਪੱਕੀਆਂ ਮੋਹਰਾਂ ਕਿਹੜੀਆਂ ਹੈ ਉਸ ਤੋਂ ਬਾਅਦ ਮੰਦਰ ਨੂੰ ਵੀ ਆਪਣੇ ਘਰੇ ਲਿਆਓ ਇਹ ਗੁਰਦੁਆਰਾ ਮਸੀਤ ਤੇ ਮੰਦਰ ਚੋਂ ਕਹਿੰਦੇ ਬ੍ਰਾਹਮਣ ਚਲੇ ਗਏ ਨੌਵੀਂ ਪੀੜ੍ਹੀ ਕੋਲੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕੋਲੇ ਆਹ ਵੀ ਸੁਣ ਲਿਓ ਪੰਡਿਤ ਚਲੇ ਗਏ ਸਾਰਿਆਂ ਨੂੰ ਪਤਾ ਕੀ ਰੌਲਾ ਸੀ ਗੁਰੂ ਸਾਹਿਬ ਚਾਂਦਨੀ ਚੌਂਕ 'ਚ ਗਏ ਤੇ ਸੀਸ ਦਿੱਤਾ ਕਿਹਦੇ ਲਈ ਮੈਨੂੰ ਨਹੀਂ ਲੱਗਦਾ ਕਿਸੇ ਹਿੰਦੂ ਲਈ ਜਾਂ ਕਿਸੇ ਬ੍ਰਾਹਮਣ ਲਈ ਇੱਕੋ ਹੀ ਸਵਾਲ ਸੀ ਕਿ ਰੱਬ ਦਾ ਬੰਦਾ ਭੀੜ ਪਈ ਵੀ ਆ ਕੀ ਕਰ ਸਕਦੇ ਹਾਂ ਸੀਸ ਦਿੱਤਾ ਹੁਣ ਆ ਦੋ ਉਦਾਹਰਨਾਂ ਤੋਂ ਬਾਅਦ ਚੈੱਕ ਕਰਕੇ ਦੇਖ ਇਸ ਧਰਮ ਦੀ ਦਲੀਲ ਨੂੰ ਕਿ ਕਿੱਥੇ ਨਫ਼ਰਤਾਂ ਹੈ ਅਤੇ ਕਿੱਥੇ ਪਿਆਰ ਹੈ ਕਿੱਥੇ ਨਫ਼ਰਤਾਂ ਹੈ ਇਸ ਕਰਕੇ ਤਾਂਹੀਓ ਕਹਿੰਦੇ ਆ ਭਾਈ ਇੱਕੋ ਹੀ ਹੈ ਇੱਕੋ ਹੀ ਆ ਸਾਹਿਬ ਮੇਰਾ ਇੱਕੋ ਹੀ ਹੈ ਇਹ ਸਕੂਲ ਹੈ ਜਿਹੜੇ ਜਿਹੜੇ ਸਿੱਖ ਕੇ ਲੰਘ ਜਾਂਗੇ ਉਹ ਆਪਣੇ ਪੇਪਰ ਪਾਸ ਕਰ ਲਾਂਗੇ ਜਿਹੜੇ ਮੇਰੇ ਅਰਗੇ ਰਹਿ ਗਏ ਕਿ ਇੱਥੇ ਆਏ ਹੈ ਇੱਥੇ ਆਏ ਹੈ ਉੱਥੇ ਰੌਲਾ ਹੀ ਰੌਲਾ ਹੈ ਤਾਂਹੀਓ ਜ਼ੋਰ ਨਾ ਬੋਲ ਬੋਲ ਫਕੀਰਾ ਅੱਲਾ ਹੀ ਅੱਲਾ ਬੋਲ ਫਕੀਰਾ ਅੱਲਾ ਹੀ ਅੱਲਾ ਰਾਧੇ ਰਾਧੇ ਸ਼ਾਮ ਮਿਲਾ ਦੇ ਰਾਧੇ ਰਾਧੇ ਸ਼ਾਮ ਮਿਲਾ ਦੇ ਸ਼ਾਮ ਮਿਲਾ ਦੇ ਰਾਧੇ ਰਾਧੇ ਸ਼ਾਮ ਮਿਲ ਨਾਰਾਇਣ ਮੇਰਾ ਨਾਰਾਇਣ ਨਾਰਾਇਣ ਮੇਰਾ ਨਾਰਾਇਣ ਨਾਰਾਇਣ ਮੇਰਾ ਨਾਰਾਇਣ ਨਾਰਾਇਣ ਮੇਰਾ ਨਾਰਾਇਣ ਇੱਕੋ ਹੈ ਭਾਈ ਇੱਕੋ ਹੈ ਸਾਹਿਬ ਮੇਰਾ ਇੱਕੋ ਹੈ ਇੱਕੋ ਹੈ ਭਾਈ ਇੱਕੋ ਹੈ ਸਾਹਿਬ ਮੇਰਾ ਇੱਕੋ ਹੈ ਨੀ ਮੇਰਾ ਬੋਲਿਆ ਯਾਰ ਨੀ ਮੇਰਾ ਬੋਲਿਆ ਯਾਰ ਨੀ ਮੇਰਾ ਬੋਲਿਆ